ਗੂੰਗੇ ਬੋਲ ਪੈਂਦੇ ਨੇ ਸੱਜੂ ਜੀ ਵਰਤੋਂ ਮਹਾਰਾਜ ਨੇ ਹੱਥ ਕਰਾਪ ਦੇ ਕੇ ਕੀਤਾ ਤੇ ਸੁਣੈ ਗੁਰੂ ਜੀ ਜਾਏ ਸੋ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਚਿਤ ਅਵਤਾਪ ਕਹਿੰਦੇ ਜਿਹੜੇ ਕਹਿੰਦੇ ਨਾ ਆਪਾਂ ਪਾਗਲ ਕਹਿੰਦੇ ਉਹਨਾਂ ਨੂੰ ਵੀ ਸਤਿਗੁਰੂ ਜੀ ਤੇਜ ਬੁੱਧੀਆਂ ਵਰਤ ਸਕਦੇ ਉਹਨਾਂ ਨੂੰ ਵੀ ਤੇਜ ਦਿਮਾਗ ਦੇ ਦਿੰਦੇ ਨੇ ਬਾਣੀ ਚ ਇਹੋ ਜਿਹੀ ਪਾਵਰ ਹੈ ਪਰ ਪੜ੍ਹਦੇ ਨੀ ਸੁਣੈ ਮੂੜ ਚਿਤ ਲਾਏ ਚਿਤ ਅਵਤਾਪ ਦੁੱਖ ਦਰਦ ਕੋ ਨਿਕਲਣਾ ਤਿੰਨ ਨਰ ਕੇ ਰਹੇ ਕਹਿੰਦੇ ਦੁੱਖ ਦਰਦ ਨਹੀਂ ਰਹਿੰਦੇ ਉਹਦੇ ਬਾਣੀ ਪੜ ਜਿਹੜਾ ਬਾਣੀ ਪੜ੍ਹਦਾ ਨਾ ਸਤਿਗੁਰੂ ਨਾਲ ਜੁੜਿਆ ਹੈ ਅਮਰੀ ਕਰੋ ਹੱਥ ਦੇ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਮਹਾਰਾਜ ਕਹਿੰਦੇ ਕਦੋਂ ਹੋ ਗਈ ਇਹ ਕਿਰਪਾ ਜਦੋਂ ਮੇਰਾ ਮਨ ਤੇਰੇ ਚਰਨਾਂ ਨਾਲ ਜੁੜਿਆ ਹੋ ਤਬ ਚਰਨ ਮਨ ਰਹੇ ਹਮਾਰਾ ਮੇਰਾ ਮਨ ਤੇਰੇ ਚਰਨਾਂ ਚ ਰਹੂਗਾ ਨਾ ਜਿੰਨਾ ਚਿਰ ਸੱਚੇ ਪਾਤਸ਼ਾਹ ਮਨ ਦੀ ਓਨਾ ਚਿਰ ਬਖਸ਼ਿਸ਼ਾਂ ਵਰਤਣੀਆਂ ਰਹੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਨੇ ਤੀਰ ਦੇ ਕੇ ਪੰਜਾਬ ਵੱਲ ਤੋਰਿਆ ਸੀ ਨਾ ਮਹਾਰਾਜ ਨੇ ਇੱਕ ਗੱਲ ਕਹੀ ਸੀ ਕਿਤੇ ਰੱਬ ਬਣਨ ਦੀ ਕੋਸ਼ਿਸ਼ ਨਾ ਕਰੀ ਤੈਨੂੰ ਮੈਂ ਬਰਕਤਾਂ ਦੇ ਕੇ ਭੇਜਣ ਲੱਗਿਆ ਪੰਜਾਬ ਵੱਲ ਜਿਸ ਦਿਨ ਤੇਰੇ ਅੰਦਰੋਂ ਬਾਣੀ ਦਾ ਪਿਆਰ ਚਲਿਆ ਗਿਆ ਜਿਸ ਦਿਨ ਤੈਨੂੰ ਇਹ ਹੋ ਗਿਆ ਵੀ ਮੈਂ ਸਭ ਕੁਛ ਕੀਤਾ ਮਹਾਰਾਜ ਕਹਿੰਦੇ ਬਰਕਤਾਂ ਜਿਹੜੀਆਂ ਪਾਵਰਾਂ ਨੇ ਮਹਾਰਾਜ ਖਿੱਚੀਆਂ ਲੱਗ ਗਈਆਂ ਹੋਇਆ ਵੀ ਏਦਾਂ ਹੀ ਬਰਕਤਾਂ ਮਲਕ ਖਿੱਚੀਆਂ ਗਈਆਂ ਬੰਦਾ ਸਿੰਘ ਬਹਾਦਰ ਫੜ ਹੋ ਗਿਆ ਫਿਰ ਫੜ ਹੋ ਗਿਆ ਫਿਰ ਸ਼ਹੀਦ ਕੀਤਾ ਪੁੱਤਰ ਨਾ ਕਾਲਜਾਂ ਨੇ ਉਹ ਵੀ ਪਾਇਆ ਕਦੋਂ ਜਦੋਂ ਬਰਕਤਾਂ ਪਿੱਛੇ ਮੁੜ ਗਏ ਜਿੰਨਾ ਚਿਰ ਆਪਣਾ ਜਨ ਸੀ ਮਲੀਆ ਮੇਟ ਕਰਦਾ ਇਹ ਆਪਣਾ ਵਿਸ਼ਾ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਹੁਣ ਕਿਵੇਂ ਹੋਏਗਾ ਜਿਵੇਂ ਸਮਾਂ ਤਾਂ ਮੂਸਾ ਨੇ ਕਿਸੇ ਸਮੇਂ ਅਰਦਾਸ ਕੀਤੀ ਸੀ ਕਬੀਰ ਸਾਹਿਬ ਮਾਤਾ ਨੂੰ ਦੇਖਦੇ ਨੇ ਕਹਿੰਦੇ ਕਿਵੇਂ ਹੋਏਗਾ ਕਿਵੇਂ ਕਰਾਂਗੇ ਸੇਵਾ ਕਹਿੰਦੇ ਕਿੱਦਾਂ ਹੋਊਗੀ ਸਾਨੂੰ ਕੁਝ ਨਹੀਂ ਹੋਏ